ਜੇ ਕੋਈ ਬੱਚਾ ਜਿਹਦੀ ਉਮਰ 18 ਸਾਲ ਤੋਂ ਘੱਟ ਹੈਗੀ ਔਰ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ, ਉਹ ਗੱਡੀ ਚਲਾਉਣ ਦਾ ਪਕੜਿਆ ਜਾਂਦਾ ਹੈਗਾ। ਜੇ ਇਹ ਗੱਡੀ ਉਹਦੇ ਪੇਰੈਂਟਸ ਦੀ ਹੈ ਤਾਂ ਉਹਦੇ ਪੇਰੈਂਟਸ ਦੇ ਖਿਲਾਫ, ਔਰ ਜੇ ਉਹ ਕਿਸੇ ਰਿਸ਼ਤੇਦਾਰ ਦੀ ਹੈ ਜਾਂ ਕਿਸੇ ਯਾਰ ਦੋਸਤ ਦੀ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। 3 ਸਾਲ ਦੀ ਸਜ਼ਾ ਅਤੇ 25,000 ਦਾ ਫਾਈਨ ਹੈਗਾ ਕਿ ਉਸ ਗੱਡੀ ਦੀ ਰਜਿਸਟ੍ਰੇਸ਼ਨ 1 ਸਾਲ ਲਈ ਬੰਦ ਕਰ ਦਿੱਤੀ ਜਾਏਗੀ, ਉਹਦੀ ਰਜਿਸਟ੍ਰੇਸ਼ਨ 1 ਸਾਲ ਲਈ ਕੈਂਸਲ ਕਰ ਦਿੱਤੀ ਜਾਏਗੀ। ਇਸ ਤਰ੍ਹਾਂ ਦਾ ਬੱਚਾ ਜੋ ਇਹ ਗਲਤ ਹਰਕਤ ਕਰੇਗਾ ਉਹਦਾ ਡਰਾਈਵਿੰਗ ਲਾਇਸੈਂਸ ਅਗਲੇ 7 ਸਾਲਾਂ ਲਈ, ਜਦੋਂ ਥਾਈ ਉਹ 25 ਸਾਲ ਦੀ ਉਮਰ ਨਹੀਂ ਅਟੇਨ ਕਰਦਾ ਉਦੋਂ ਥਾਈ ਉਹ ਡਰਾਈਵਿੰਗ ਲਾਇਸੈਂਸ ਨਹੀਂ ਬਣਵਾ ਪਾਏਗਾ। ਕੋਈ ਬੰਦਾ ਫੋਨ ਕਰਕੇ ਸਿਫਾਰਿਸ਼ ਲਵਾ ਦਿੰਦਾ, ਕੋਈ ਕਹਿ ਦਿੰਦਾ ਕਿ ਜੀ ਮੇਰੇ ਤਾਂ ਰਿਸ਼ਤੇਦਾਰ ਨੇ, ਮੇਰੇ ਤਾਂ ਅੰਕਲ DSP ਲੱਗੇ ਹੋਏ ਨੇ, ਮੇਰੇ ਤਾਂ ਅੰਕਲ ਇੰਸਪੈਕਟਰ ਲੱਗੇ ਹੋਏ ਨੇ, ਜਾਂ ਮੇਰੇ ਤਾਂ ਇੱਥੋਂ ਤੱਕ ਦੀ ਪਹੁੰਚ ਹੈਗੀ ਹੈ, ਅਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਤੁਸੀਂ ਇਸ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਤੁਹਾਡੇ ਅਗੇਂਸਟ ਕਾਰਵਾਈ ਹੋ